वाहेगुरु जी। ये सवेर के 5 बजे का टाइम है। साढ़े हेल्पर जी भी साढ़े 4 आ जाते ने। कल आए नहीं सी, अज सवेरे 4:30 आ गए। ते 5 बजे सवेरे धारा कढ़दे हुंदे आ। वाहिगुरु जी, मेरा थोड़ा गल जा खराब सी ते मैं हुणे उठी आ 5 बजे। दीदी ने फिर कपड़े धोते ते पहला गुरुद्वारे नहीं चले जाइंदे, अज हुण लेट ही जावांगे। दीदी नहा रही है ते अज संगरांद भी है। वाहिगुरु जी, डैडी भी हुणी आए ने गुरुद्वारा साहब तो। समाप्ति हुई है, भोग पे है 5 बजे। 3 बजे तो गए हुए सी ते जिवें 2 बजे उठ जाते हैं। अज असी लेट हो गए, मम्मी तो 8 बजे जड़ा दोबारा भोग पैंदा 12 माह दा उहदे ते जाणगे। वाहिगुरु जी, हुण असीं गुरुद्वारा साहब चले आ। थोड़ी गल की प्रॉब्लम सी, पहला उठण नूं दिल नहीं कर रहा सी, लेट हो गए। आ जाओ जी, फिर थोनू भी दर्शन कराइए, चलो चलिए। ये गली जा रही है गुरुद्वारे नूं। वाहिगुरु जी, हनेरा ही है हले ता करके क्लैरिटी नहीं हैगी। वाहिगुरु जी, ये गुरुद्वारा साहब की बैक साइड है साढ़े घर वल। तो इत्थे पिछे भी दरवाजा रखा हुआ है, इत्थों दी जाने हुंदे आ। ठीक है जी, नासरी महला चौथा। हम अंधले अंध बिखे बिखराते, क्यों चाले गुर चाली। सतगुर दया करे सुखदाता, हम लावे आपन पाली। हम अंधले अंध बिखे बिखराते, क्यों चाले गुर चाली। सतगुर दया करे सुखदाता, हम लावे आपन पाली। गुरसिख मीत चलो गुर चाली, जो गुर कहे सोई पल मानो। हर हर कथा निराली रहाओ, हर के संत सुनो जन पाई। गुर सेवो बेग बिगाली, सतगुर सेव खर्च हर बादो। मत जानो आज की काली, हर के संत
जपो हर जपना हर संत चलै हर नाली जिन हर जपया से हर होए हर मिलिया केल के लाली हर हर जपन जप लोच लुचानी हर कृपा कर बनवाली जन नानक संगत साध हर मेलो हम साध जना पगराली हर हर जपन जप लोच लुचानी हर कृपा कर बनवाली जन नानक संगत साध हर मेलो हम साध जना पगराली वाहिगुरु जी का खालसा वाहिगुरु जी की फतेह वाहिगुरु सत नाम वाहिगुरु सत नाम वाहिगुरु सत नाम वाहिगुरु सत नाम वाहिगुरु वाहिगुरु जी का खालसा वाहिगुरु जी की फतेह। वाहिगुरु जी 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 जीवन अपना बतीत करना है। गुरु महाराज सब का भला कर ही रहे ने ते यही आप अरदास करिए सरबत के भले की। ਵਾਹਿਗੁਰੂ ਜੀ ਇਹ ਫਰੰਟ ਹੈ ਗੁਰਦੁਆਰਾ ਸਾਹਿਬ ਦਾ ਅੱਗੇ ਤੋਂ ਟੈਲਾਂ ਲੱਗਣੀਆਂ ਨੇ ਤਿਆਰ ਹੋਣਾ ਅੰਦਰ ਤੋਂ ਬਹੁਤ ਜ਼ਿਆਦਾ ਖੁੱਲ੍ਹਾ ਹੁਣ ਦਿਨ ਜਿਹਾ ਚੜ੍ਹ ਗਿਆ ਸਾਫ਼ ਸਾਫ਼ ਜਿਹਾ ਲੱਗ ਰਿਹਾ ਪਹਿਲਾਂ ਹਨੇਰਾ ਜਿਹਾ ਲੱਗਦਾ ਸੀ ਇਹ ਜਿਵੇਂ ਦੱਸਿਆ ਤੁਹਾਨੂੰ ਸਾਡਾ ਪਿੰਡ ਬਹੁਤ ਸੰਘਣ ਹੈ ਜਿਹੜੀ ਸਾਈਡ ਸਾਡੀ ਘਰ ਹੈ ਉੱਧਰ ਤਾਂ ਹਲੇ ਸ਼ੁਰੂਆਤ ਹੀ ਹੁੰਦੀ ਹੈ ਪਿੰਡ ਦੀ ਚਲੋ ਜੀ ਹੁਣ ਘਰ ਨੂੰ ਚੱਲਦੇ ਹਾਂ ਇਹ ਪਿਛਲੇ ਪਾਸੇ ਦਾ ਰਸਤਾ ਹੈ ਜਿੱਧਰ ਨੂੰ ਅਸੀਂ ਆਉਂਦੇ ਜਾਂਦੇ ਹਾਂ ਹਾਂ ਇੱਥੇ ਲੰਗਰ ਹਾਲ ਬਣਨਾ ਹੈ ਉਹ ਬਾਹਰਲੇ ਬਾਥਰੂਮ ਹੋ ਗਏ ਠੀਕ ਹੈ ਵਾਹਿਗੁਰੂ ਜੀ ਹੁਣ ਮੰਮੀ ਚੱਲੇ ਨੇ ਗੁਰਦੁਆਰਾ ਸਾਹਿਬ ਅਤੇ ਦੁਬਾਰਾ ਭੋਗ ਬਾਰਾਂ ਮਾਹ ਪੜ੍ਹ ਕੇ ਪਾਇਆ ਜਾਂਦਾ 8 ਵਜੇ ਜਿਵੇਂ ਡੈਡੀ ਤਾਂ ਬਹੁਤ ਜਲਦੀ ਜਾ ਆਉਂਦੇ ਨੇ 3 ਤੋਂ ਕਈ ਵਾਰ 5:30 ਆਉਂਦੇ ਨੇ ਅੱਜ 5 ਵਜੇ ਆ ਗਏ ਸੀ ਫਿਰ ਉਸ ਤੋਂ ਬਾਅਦ ਮੈਂ ਅਤੇ ਦੀਦੀ ਜਾ ਕੇ ਆਈਆਂ ਜਦੋਂ ਮੈਂ ਅਤੇ ਦੀਦੀ ਗਈਆਂ ਫਿਰ ਉਦੋਂ ਤਾਂ ਸਾਰੀ ਸੰਗਤ ਪਹਿਲਾਂ ਵਾਲੀ ਚਲੀ ਗਈ ਸੀ ਸਾਜਰੇ ਵਾਲੀ ਅਤੇ ਹੁਣ ਦੁਬਾਰਾ ਦਿਨ ਚੜ੍ਹੇ ਵਾਲੀ ਆਊਗੀ ਸਾਡੇ ਤੋਤੇ ਵੀ ਆ ਗਏ ਇਹ 3 ਤੋਤੇ ਇੱਥੇ ਹੀ ਰਹਿੰਦੇ ਨੇ ਵਾਹਿਗੁਰੂ ਜੀ ਹੁਣ ਕੜੀ ਦੀ ਤਿਆਰੀ ਕਰੀਏ ਇਹ ਲੱਸੀ ਦੇ ਵਿੱਚ ਬੇਸਣ ਘੋਲਿਆ ਅਤੇ ਲਸਣ ਪਿਆਜ਼ ਅਦਰਕ ਕੱਟਿਆ ਉਸ ਤੋਂ ਬਾਅਦ ਫਿਰ ਇੱਕ ਕੌਲੀ 'ਚ ਅਸੀਂ ਹਿੰਗ ਹਲਦੀ ਮਿਰਚ ਨਮਕ ਅਤੇ ਮੇਥੇ ਇਹ ਸਾਰਾ ਕੁਛ ਲਿਆ ਜੀਰਾ
ਵਾਹਿਗੁਰੂ ਜੀ। ਅੱਜ ਸ਼ਨੀਵਾਰ ਦਿਨ ਹੈ, ਸੰਗਰਾਂਦ ਹੈ ਕੱਤਕ ਦੀ। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਦਿਖਾਇਆ, ਡੈਡੀ 3 ਵਜੇ ਤੋਂ ਵੀ ਪਹਿਲਾਂ ਚਲੇ ਗਏ ਸੀ, 5 ਕੁ ਵਜੇ ਵਾਪਸ ਆ ਗਏ ਸੀ। ਡੈਡੀ ਦੇ ਆਇਆਂ ਤੋਂ ਫਿਰ ਮੈਂ ਅਤੇ ਦੀਦੀ ਗਏ ਹਾਂ। ਉਦੋਂ ਗੁਰਦੁਆਰਾ ਸਾਹਿਬ ਕੋਈ ਨਹੀਂ ਸੀਗਾ, ਗੁਰੂ ਸਾਹਿਬ ਹੀ ਸੀਗੇ। ਸੰਗਤ ਸਵੇਰ ਵਾਲੀ ਚਲੀ ਗਈ ਸੀ ਅਤੇ ਫਿਰ 7 ਵਜੇ ਤੋਂ 8 ਵਜੇ ਫਿਰ ਭੋਗ ਪੈਂਦਾ 12 ਮਾਂ ਦਾ। ਉਹਦੇ 'ਚ ਹੁਣ ਮੰਮੀ ਗਏ ਹੋਏ ਨੇ। ਅੱਜ ਥੋੜ੍ਹਾ ਗਲ ਦੀ ਪ੍ਰੋਬਲਮ ਸੀ, ਮੈਂ ਤਾਂ ਲੇਟ ਉੱਠੀ। ਦੀਦੀ ਨੇ ਮੇਰੇ ਉੱਠਦਿਆਂ ਨੂੰ ਕੱਪੜੇ ਧੋਤੇ ਸੀ, ਫਿਰ ਠਾ ਲਿਆ ਮੈਨੂੰ ਗੁਰਦੁਆਰੇ ਜਾਣ ਵਾਸਤੇ। ਅਤੇ ਅੱਜ ਹੈਲਪਰ ਜੀ ਵੀ ਜਲਦੀ ਆ ਗਈ ਸੀ 4:30 ਵਜੇ। 5 ਕੁ ਵਜੇ ਚਾਹ ਚੂ ਪੀ ਕੇ ਫਿਰ ਵੀਰ ਜੀ ਦੇ ਕੇ ਉਹਨਾਂ ਨੂੰ ਧਾਰ ਕੱਢਣ ਲੱਗ ਗਏ। ਵਾਹਿਗੁਰੂ ਜੀ। ਲਸਣ ਚੰਗੀ ਤਰ੍ਹਾਂ ਭੁੰਨ ਲਿਆ, ਵਿੱਚ ਜੀਰਾ ਭੁੰਨ ਲਿਆ ਚੰਗੀ ਤਰ੍ਹਾਂ, ਅਤੇ ਇਹ ਜਿਹੜਾ ਪਿਆਜ਼ ਹੈ ਇਹਨੂੰ ਅਸੀਂ ਬਹੁਤ ਜ਼ਿਆਦਾ ਨਹੀਂ ਭੁੰਨਾਂਗੇ, ਹਲਕਾ ਬਰਾਊਨ ਕਰਾਂਗੇ, ਉਹ ਕੜੀ 'ਚ ਵਧੀਆ ਲੱਗਦਾ ਖੜਮਾ ਜਿਹਾ। ਕਈ ਵਾਰ ਪਕੌੜੇ ਦੂਜੇ ਬੇਸਣ ਦੇ ਨਹੀਂ ਵੀ ਬਣਾਉਂਦੇ ਹੈਗੇ, ਰੇੜੀਮੇਡ ਹੀ ਪਾ ਦਿੰਦੇ ਹਾਂ। ਅਤੇ ਹੁਣ ਇੱਧਰ ਡੈਡੀ ਆਪਣੀ ਰੈਸਟ ਕਰ ਰਹੇ ਨੇ, ਵਿੰਡੋਆਂ ਬੰਦ ਕਰਕੇ। ਠੰਡਾ ਜਿਹਾ ਮੌਸਮ ਹੋ ਜਾਂਦਾ, ਠੰਡ ਜੀ ਲੱਗਣ ਲੱਗ ਜਾਂਦੀ ਆ ਹੁਣ ਤਾਂ ਉੱਪਰ। ਅਤੇ ਇੱਧਰ ਜਿਵੇਂ ਸਾਰੇ ਕੱਪੜੇ ਇਹ ਮੇਰੇ ਪਾਏ ਪਾਈ ਦੀਦੀ ਨੇ ਅੱਜ ਧੋਤੇ ਸੀ। ਅਤੇ ਫਿਰ ਸਫਾਈਆਂ ਅਸੀਂ ਗੁਰਦੁਆਰੇ ਤੋਂ ਆ ਕੇ ਫਿਰ ਬਾਅਦ 'ਚ ਕਰੀਆਂ ਨੇ, ਝਾੜੂ ਪੋਚਿਆਂ ਦੀਆਂ। ਵਾਹਿਗੁਰੂ ਜੀ। ਹੁਣੇ ਜਿਵੇਂ ਸਵੇਰ ਦਾ ਟਾਈਮ ਹੈ, ਕੜੀ ਨਾਲ ਪ੍ਰਸ਼ਾਦਾ ਛਕਣਗੇ ਸਾਰੇ, ਅਤੇ ਫਿਰ ਦੁਪਹਿਰ ਨੂੰ ਇਹਦੇ ਨਾਲ ਚੌਲ ਬਣਾ ਲਾਂਗੇ। ਠੀਕ ਹੈ ਜੀ। ਵਾਹਿਗੁਰੂ ਜੀ। ਹੁਣ ਇਹਨੂੰ ਪਹਿਲਾਂ ਕੋਲ ਬੈਠ ਕੇ ਫੁੱਲ 'ਤੇ ਰਿਝਿਆ, ਗੈਸ 'ਤੇ ਰਿਝਾਵਾਂਗੇ, ਅਤੇ ਫਿਰ ਜਦੋਂ ਰਿੱਝਣ ਲੱਗ ਜੂਗੀ ਫਿਰ ਫਲੇਮ ਸਲੋਅ ਕਰਾਂਗੇ, ਅਤੇ ਫਿਰ ਆਪਣਾ ਘੰਟਾ ਰਿੱਝੀ ਜਾਊਗੀ। ਇੰਨੇ ਬੱਚੇ ਉੱਠਣਗੇ, ਉੱਠ ਕੇ ਕੋਈ ਦੁੱਧ ਪੱਤੀ ਲਊਗਾ ਜੋ ਪੀਣਾ ਹੋਊਗਾ। ਅੱਜ ਸੈਟਰਡੇ ਉਹਨਾਂ ਦੀਆਂ ਕਲਾਸਾਂ ਔਫ ਨੇ, ਕੱਲ੍ਹ ਨੂੰ ਸੰਡੇ ਵੀ ਔਫ ਹੋਣਗੀਆਂ। ਠੀਕ ਹੈ ਵਾਹਿਗੁਰੂ ਜੀ। ਪ੍ਰਤੀਕ ਉੱਠਿਆ ਆ ਅਤੇ ਹੁਣ ਪਿੱਛੇ ਗੁੰਨੂ ਨੇ ਵੀ ਆ ਜਾਣਾ। ਵੱਡੀ ਗੁੜੀ ਆ ਤਾਂ ਬਿਨਾਂ ਕਹੇ ਵੀ ਉੱਠ ਜਾਂਦੀ ਹੈ, ਇਹ ਥੋੜ੍ਹਾ ਜਿਹਾ ਕਹਾ ਕੇ ਜੀ ਉੱਠਦੇ ਨੇ। ਵਾਹਿਗੁਰੂ ਜੀ।
ये कढ़ी रिझ रही है, हुण बस इन्हें बन के तैयार हो जाने थोड़े टाइम में, फिर असीं प्रशादा लगांगे। उधर बाबा जी पाठ कर रहे ने, जिहड़ा तुहानू दस्सिया सी दिन चढ़े 12 माह दा भोग पाउंदे ने, कत्तक दी संगरांद है। तो ठीक है जी, हुण आपां फतेह दी सांझ करिए, तो साडी असीं प्रशादा इत्थे बना लाँगे। वाहिगुरू जी का खालसा, वाहिगुरू जी की फतेह।